ਗੌਰ ਨਾਲ ਵੇਖੋ ਇਸ ਮਾਸੂਮ ਨੂੰ, ਜਿਸ ਨੂੰ ਹਾਲੇ ਇਸ ਦੁਨੀਆਂ ਵਿੱਚ ਆਏ ਕੁਝ ਹੀ ਘੰਟੇ ਹੋਏ ਸਨ ਕਿ ਜਨਮ ਦੇਣ ਵਾਲੀ ਮਾਂ ਸੜਕ ਕਿਨਾਰੇ ਲਵਾਰਸ ਛੱਡ ਗਈ। ਪਰ ਕਹਿੰਦੇ ਨੇ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਪਰਮਾਤਮਾ ਹੁੰਦਾ। ਅਜਿਹਾ ਇੱਕ ਮਾਮਲਾ ਵੇਖਣ ਨੂੰ ਮਿਲਿਆ ਮੋਗਾ ਵਿਖੇ, ਜਿੱਥੇ ਸਮਾਜ ਸੇਵੀ ਗਗਨ ਔਰੀਆ ਨੂੰ ਕਿਸੇ ਅਣਜਾਣ ਦਾ ਫੋਨ ਆਉਂਦਾ ਕਿ ਸਾਨੂੰ ਸੜਕ ਕਿਨਾਰੇ ਇੱਕ ਨਵਜੰਮੀ ਬੱਚੀ ਮਿਲੀ ਹੈ, ਜਿਸ ਨੂੰ ਉਹਨਾਂ ਵੱਲੋਂ ਚਲਾਈ ਜਾ ਰਹੀ ਸੰਸਥਾ ਨੇਕੀ ਦੀ ਹੱਟ ਨੂੰ ਦੇਣਾ ਚਾਹੁੰਦੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਬੱਚੀ ਸੰਬੰਧੀ ਪਹਿਲਾਂ ਤਾਂ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਬਾਲ ਭਲਾਈ ਕਮੇਟੀ 'ਚ ਵੀ ਬੱਚੀ ਬਾਰੇ ਦੱਸਿਆ ਤੇ ਫਿਰ ਮਾਸੂਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਬੱਚੀ ਨੂੰ ਬੁਖਾਰ ਸੀ। ਬਾਲ ਭਲਾਈ ਕਮੇਟੀ ਦੀ ਟੀਮ ਵੀ ਹਸਪਤਾਲ ਪਹੁੰਚੀ ਤੇ ਇਸ ਮਾਸੂਮ ਨੂੰ ਕਬਜ਼ੇ ਵਿੱਚ ਲੈ ਕੇ ਇਲਾਜ ਸ਼ੁਰੂ ਕਰਵਾਇਆ। ਮੈਂ ਇੱਕ ਪ੍ਰੋਗਰਾਮ 'ਤੇ ਸੀ, ਮੈਨੂੰ ਇੱਕ ਅਨਨੋਨ ਨੰਬਰ 'ਤੇ ਕਾਲ ਆਈ। ਮੈਨੂੰ ਕਹਿੰਦੇ ਜੀ ਇਸ ਤਰ੍ਹਾਂ ਇੱਕ ਬੱਚੀ ਹੈ, ਨਿਊ ਬੋਰਨ ਹੈ, 2-3 ਘੰਟਿਆਂ ਦੀ, ਬੱਚਾ ਕਿਸੇ ਨੂੰ ਕਿਤੇ ਮਿਲਿਆ ਵਾ, ਉਹ ਅਸੀਂ ਬੱਚਾ ਨਹੀਂ ਸੰਭਾਲ ਸਕਦੇ, ਮੇਰਾ ਇੱਕ ਪ੍ਰੋਜੈਕਟ ਚੱਲਦਾ ਨੇਕੀ ਦੀ ਹੱਟ, ਉਹਦੇ ਬੈਨਰ ਦੇ ਥੱਲੇ ਮੈਂ ਕੋਈ ਕਿਤੇ ਵੀ ਕੋਈ ਵੀ ਬੱਚੀ ਹੁੰਦੀ ਹੈ, ਮੈਂ ਉਹਨੂੰ ਖੁਦ ਐਕਸੈਪਟ ਕਰਨ ਵਾਸਤੇ ਮੈਂ ਕਿਹਾ ਜੀ ਮੈਂ ਉਹਦੀ ਪਾਲਣ ਪੋਸ਼ਣ ਕਰੂੰਗਾ। CWC ਵਗੈਰਾ ਇਹਨਾਂ ਆਪਣੇ ਡਿਪਾਰਟਮੈਂਟ, ਸਰਕਾਰੀ ਜਿਹੜੇ ਡਿਪਾਰਟਮੈਂਟ ਨੇ, ਉਹਨਾਂ ਦੀ ਹੈਲਪ ਦੇ ਨਾਲ ਬੱਚੇ ਦੀ ਪਾਲਣ ਪੋਸ਼ਣਾ ਕਰਾਂਗੇ। ਸਾਨੂੰ ਸਿਵਲ ਹੋਸਪਿਟਲ ਦੇ ਬਾਹਰ ਕੋਈ ਲੇਡੀ ਆਈ, ਸਾਨੂੰ ਬੱਚਾ ਦੇ ਕੇ ਗਈ, ਉਸ ਨੂੰ ਉਸੇ ਵੇਲੇ ਅਸੀਂ ਪੁਲਿਸ ਸਟੇਸ਼ਨ ਲੈ ਕੇ ਗਏ, ਉੱਥੇ SHO ਸਾਹਿਬ ਕੋਲ ਨੋਟ ਕਰਾ ਕੇ ਦੁਬਾਰਾ ਸਿਵਲ ਹੋਸਪਿਟਲ ਦੇ ਵਿੱਚ ਲੈ ਕੇ ਆਏ ਹਾਂ, ਜਿੱਥੇ ਬੱਚੀ ਨੂੰ ਐਡਮਿਟ ਕਰਾਇਆ ਗਿਆ। ਬੱਚੀ ਨੂੰ ਥੋੜ੍ਹਾ ਜਿਹਾ ਬੁਖਾਰ ਲੱਗਦਾ ਅਤੇ ਹੁਣ ਫਿਲਹਾਲ ਸਿਵਲ ਹੋਸਪਿਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ। ਇੱਕ ਬੱਚਾ ਥਾ ਵੋ ਗਗਨ ਔਰੀਆ ਕੇ ਪਾਸੇ, ਉਸਕੋ ਫੋਨ ਆਇਆ ਥਾ ਏਕ ਤਕ, ਔਰ ਏਕ ਤਕ ਹਮੇ ਕਨਫਰਮ ਕਰਾ ਕਿ ਐਸੇ ਕੋ ਬੱਚਾ ਮਿਲਾ ਹੈ, ਔਰ ਮੈਮ ਆਪ ਸਿਵਲ ਹੋਸਪਿਟਲ ਪਹੁੰਚ ਜਾਈਏ। ਜਬ ਹਮ ਵਹਾਂ ਪੇ ਪਹੁੰਚੇ ਤੋ ਗਗਨ ਉਸਕੋ ਲੈ ਕੇ ਸਿਟੀ ਪੁਲਿਸ ਲੈ ਗਿਆ ਥਾ ਉਸਕਾ ਨਾਮ ਰਜਿਸਟਰ ਕਰਵਾਉਣ ਕੇ ਲੀਏ, ਫਿਰ ਉਸਕੋ ਬਾਅਦ ਉਸਕੋ ਸਿਵਲ ਹੋਸਪਿਟਲ ਮੇ ਲੈ ਕੇ ਆਏ ਗਏ ਮੈਡੀਕਲ ਕਰਵਾਉਣ ਕੇ ਲੀਏ। ਵਹਾਂ ਪੇ ਆ ਕੇ ਦੇਖਾ ਤੋ ਬੱਚੇ ਕੋ ਬੁਖਾਰ ਹੈ, ਅਭੀ ਹਮ ਉਹ ਡਾਕਟਰ ਕੇ ਇੰਤਜ਼ਾਰ ਕਰ ਰਹੇ ਹੈ, ਅਭੀ ਤੱਕ ਡਾਕਟਰ ਅਵੇਲੇਬਿਲਟੀ ਨਹੀਂ ਹੈ, ਅਟੈਂਡੈਂਟ ਨੇ ਬੋਲਾ ਕਿ ਔਨਲਾਈਨ ਡਾਕਟਰ ਹੋਤੇ ਹੈ, ਇਸ ਲੀਏ ਉਸਕੋ ਫੋਨ ਕੀਆ ਹੁਆ ਹੈ, ਅਭੀ ਤੱਕ ਡਾਕਟਰ ਨਹੀਂ ਆਏ ਹੈ, ਹਮ ਉਨਕੇ ਇੰਤਜ਼ਾਰ ਮੇ ਖੜੇ ਹੈ ਸਭ ਕੇ ਸਭ। ਪਤਾ ਨਹੀਂ ਉਹ ਕਿੰਨੇ ਬੇਰਹਿਮ ਲੋਕ ਹੁੰਦੇ ਨੇ ਜੋ ਇਸ ਤਰ੍ਹਾਂ ਬੁਖਾਰ ਵਿੱਚ ਤਪਦੀ ਬੱਚੀ ਨੂੰ ਮਰਨ ਲਈ ਸੜਕ ਕਿਨਾਰੇ ਸੁੱਟ ਜਾਂਦੇ। ਪਰ ਕਹਿੰਦੇ ਨੇ ਚਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਪਰ ਕਿਸੇ ਮਾਸੂਮ ਨੂੰ ਮਰਨ ਲਈ ਛੱਡ ਦੇਣ ਵਾਲਿਆਂ ਨੂੰ ਤਾਂ ਰੱਬ ਵੀ ਕਦੇ ਮਾਫ਼ ਨਹੀਂ ਕਰਦਾ। ਮੋਗਾ ਤੋਂ ਜਸ ਵਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਹੌਸਲਾ ਔਰ ਜਨੂਨ ਕੁਛ ਨਹੀਂ ਹੈ ਅਗਰ ਨਾ ਹੋ ਕਾਬਲੀਅਤ। ਇਸੀ ਕਾਬਲੀਅਤ ਕੋ ਜਾਂਚ ਪਰ ਰੱਖ ਕਰ ਦੇਸ਼ ਕੇ 160 ਪਲੇਅਰ ਜੁੜ ਗਏ ਹੈ IPKL ਕੇ ਸਾਥ ਆਪਣੇ ਜੌਹਰ ਦਿਖਾਣੇ। ਜਬ ਸ਼ੁਰੂਆਤ ਇਤਨੀ ਮਜ਼ਬੂਤ ਹੋਗੀ ਤੋ ਅੰਜਾਮ ਤੋ ਯਾਦਗਾਰ ਹੋਗਾ ਹੀ। ਇਸ ਲਈ ਅਬ ਯੇ ਖੇਲ ਬਦਲੇਗਾ। 13 ਮਈ ਸੇ ਦੇਖੀਏ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563।